ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਆ ਚੰਡੀਗੜ੍ਹ ਮਾਰਚ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਸੰਗਠਨਾਂ ਵੱਲੋਂ ਕਿਹਾ ਗਿਆ ਸੀਗਾ ਕਿ 17 ਮਈ ਤੋਂ ਉਹ ਚੰਡੀਗੜ੍ਹ ਮਾਰਚ ਕਰਨਗੇ ਤੇ ਦਿੱਲੀ ਦੀ ਤਰਜ਼ ਤੇ ਮੋਰਚਾ ਜਿਹੜਾ ਹੈ ਚੰਡੀਗੜ੍ਹ ਦੇ ਵਿੱਚ ਲਾਣਗੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ। ਹਾਲਾਂਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਵੀ ਹਰਕਤ ਦੇ ਵਿੱਚ ਆਈ ਹੈ ਤੇ ਹੁਣ 10:30 ਵਜੇ ਕਿਸਾਨ ਲੀਡਰਾਂ ਨਾਲ ਜਿਹੜੀ ਹੈ ਉਹ ਮੀਟਿੰਗ ਰੱਖੀ ਗਈ ਹੈ ਚੀਫ ਮਿਨਿਸਟਰ ਭਗਵੰਤ ਮਾਨ ਦੀ। ਇਸ ਵਕਤ ਅਸੀਂ ਗੁਰਦੁਆਰਾ ਅੰਬ ਸਾਹਿਬ ਖੜ੍ਹੇ ਹਾਂ ਜਿੱਥੇ ਕਿਸਾਨ ਜਿਹੜੇ ਨੇ ਪਹੁੰਚਣਾ ਸ਼ੁਰੂ ਹੋ ਗਏ ਨੇ ਹੌਲੀ ਹੌਲੀ। ਕਿਸਾਨ ਇਕੱਠੇ ਹੋ ਰਹੇ ਨੇ, ਹਾਲਾਂਕਿ ਕਿਸਾਨਾਂ ਦੀ ਆਪਦੀ ਜਿਹੜੀ ਇੰਟਰਨਲ ਮੀਟਿੰਗਸ ਨੇ ਉਹ ਵੀ ਹੋ ਰਹੀਆਂ ਨੇ। ਕਿਸਾਨ ਲੀਡਰ ਜਿਹੜੇ ਨੇ ਆਪਣੀਆਂ ਮੀਟਿੰਗਾਂ ਕਰ ਰਹੇ ਨੇ ਇੱਥੇ ਇਸੀ ਹਾਲ ਦੇ ਵਿੱਚ। ਜਿਹੜਾ ਮੀਟਿੰਗ ਕਿਸਾਨ ਸੰਗਠਨਾਂ ਦੀ ਇਸ ਵਕਤ ਹੋ ਰਹੀ ਹੈ ਤੇ ਫਿਲਹਾਲ ਕਿਸਾਨ ਸੰਗਠਨਾਂ ਵੱਲੋਂ ਜਿਹੜਾ ਮੇਨ ਇਸ਼ੂ ਜਿਹੜਾ ਹੈ ਜਿਹੜਾ ਜਿਸ 'ਤੇ ਡਿਸਕਸ ਕੀਤਾ ਜਾ ਰਿਹਾ, ਸਾਹਮਣੇ ਤੁਸੀਂ ਕਿਸਾਨ ਦੇਖ ਸਕਦੇ ਹੋ। ਕਿਸਾਨ ਪਹੁੰਚਣਾ ਇੱਥੇ ਸ਼ੁਰੂ ਹੋਏ ਨੇ ਹੌਲੀ ਹੌਲੀ ਇਸ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ, ਜਿੱਥੇ ਇਹਨਾਂ ਦਾ ਜਗ੍ਹਾ ਜਿਹੜੀ ਮੁਕਰਰ ਕੀਤੀ ਗਈ ਸੀਗੀ ਇਕੱਠੇ ਹੋਣ ਵਾਸਤੇ। ਇੱਥੋਂ ਇਹਨਾਂ ਵੱਲੋਂ ਮਾਰਚ ਜਿਹੜਾ ਚੰਡੀਗੜ੍ਹ ਨੂੰ ਕੱਢਿਆ ਜਾਣਾ ਸੀ, ਪਰ ਉਸ ਤੋਂ ਪਹਿਲੇ ਹੀ ਪੰਜਾਬ ਸਰਕਾਰ ਵੀ ਹਰਕਤ ਦੇ ਵਿੱਚ ਆਈ ਹੈ ਅਤੇ ਮੀਟਿੰਗ ਜਿਹੜੀ ਹੈ ਚੀਫ ਮਿਨਿਸਟਰ ਦੇ ਨਾਲ ਕਿਸਾਨ ਆਗੂਆਂ ਦੀ ਜਿਹੜੀ ਹੈ ਉਹ ਰੱਖੀ ਗਈ ਹੈ। 10:30 ਵਜੇ ਪਹਿਲੇ 11 ਵਜੇ ਮੀਟਿੰਗ ਰੱਖੀ ਗਈ ਸੀਗੀ। ਹਾਲਾਂਕਿ ਇਸਨੂੰ ਫਿਰ ਸਿਚੁਏਸ਼ਨ ਦੀ ਜਿਹੜੀ ਸੀਰੀਅਸਨੈਸ ਨੇ ਉਸਨੂੰ ਦੇਖਦੇ ਹੋਏ ਜਿਹੜਾ ਉਹ ਪ੍ਰੀਪੋਨ ਕਰ ਦਿੱਤੀ ਗਈ ਸੀਗੀ ਮੀਟਿੰਗ। ਕਿਸਾਨ ਨੇ ਉਹਨਾਂ ਨਾਲ ਗੱਲ ਕਰਦੇ ਅਸੀਂ, ਹਾਂਜੀ ਕਿਸਾਨ ਜਿਹੜੇ ਨੇ ਫਿਲਹਾਲ ਤਿਆਰੀਆਂ ਜਿਹੜੀਆਂ ਉਹ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਬਾਬਾ ਜੀ, ਕਿੱਥੋਂ ਆਏ ਹੋ? ਬੂਟੇ ਵਾਲਿਆਂ ਜੀ। ਅੱਛਾ, ਤੇ ਹੁਣ ਮੀਟਿੰਗ ਵੀ ਸੱਦ ਲਈ ਸਰਕਾਰ ਨੇ? ਹਾਂ ਸੱਦ ਲਈ ਆ ਜੀ। ਤੇ ਆਗੂ ਤੁਹਾਡੇ ਚਲੇ ਗਏ ਮੀਟਿੰਗ ਨੂੰ? ਹਾਂ ਚੱਲੇ ਆ ਜੀ। ਕੀ ਮੁੱਦੇ ਕੀ ਨੇ ਤੁਹਾਡੇ ਅੱਜ ਦੇ ਜਿਨ੍ਹਾਂ ਤੇ ਮਾਰਚ ਕਰਨਾ? ਮੁੱਦੇ ਜੀ ਕਿ ਸਰਕਾਰ ਕਰਾਰਨਾਮੇ ਕਰ ਲੈਂਦੀ ਹੈ, ਮੁੜ ਕੇ ਮੰਗਾਂ ਪੂਰੀਆਂ ਨਹੀਂ ਕਰਦੀ, ਫਿਰ ਸਾਨੂੰ ਆਉਣਾ ਪੈਂਦਾ। ਗੱਲ ਕੀ ਮੰਗ ਕੀ ਹੈ ਤੁਸੀਂ, ਤੁਹਾਡੀ ਕੀ ਮੰਗ ਹੈ? ਲਾਈਟ ਨਹੀਂ ਆਉਣ ਡਈ, ਇੱਕ ਖਾਦ ਨਹੀਂ ਆਉਣ ਡਈ, ਝੋਨਾ ਜੇ ਅਜੇ ਨਾ ਲਾਓ, ਮੂਸਾ ਪਨੀਰੀ ਬੈਠੀ ਹੈ, ਬੀਜੀ ਬੈਠੇ ਹਾਂ ਤੇ ਉਹ ਲਾਵਾਂਗੇ ਤੇ ਉਹ ਪੱਕਣਾ ਲੇਟ ਆ, ਮੁੜ ਕੇ ਕਣਕ ਲੇਟ ਹੋ ਜਾਂਦੀ ਆ। ਮਤਲਬ ਜਿਹੜੀਆਂ ਸਰਕਾਰ ਨੇ ਉਹ ਡੇਟਾਂ ਦਿੱਤੀਆਂ ਲਾਣ ਦੀਆਂ ਤਰੀਕਾਂ ਜਿਹੜੀਆਂ ਚਾਰ ਉਸ 'ਚ ਲਾਉਣਾ ਕਹਿੰਦੇ ਹਨਾ, ਉਹ ਤੁਹਾਨੂੰ ਮਨਜ਼ੂਰ ਨਹੀਂ ਆ ਬੇਸਿਕਲੀ? ਨਹੀਂ ਮਨਜ਼ੂਰ ਨਹੀਂ ਆ ਜੀ। ਨੁਕਸਾਨ ਕੀ ਹੋਊਗਾ ਤੁਹਾਨੂੰ ਕਿਸਾਨਾਂ ਨੂੰ ਤਾਂ ਜੇ ਲੇਟ ਹੋ ਜਾਂਦੇ ਤੁਸੀਂ? ਤੇ ਉਹ ਨਾ ਟਾਈਮ ਨਾਲ ਪੱਕੀ ਕਣਕ, ਟਾਈਮ ਨਾਲ ਨਾ ਬੀਜੀ ਗਈ, ਕਣਕ ਨੇ ਝਾੜ ਨਹੀਂ ਪੂਰਾ ਦੇਣਾ, ਫਿਰ ਉਹ ਖਰਚਾ ਨਹੀਂ ਪੂਰਾ ਹੋਣਾ ਤੇ ਉਹੀ ਰੋਣੇ। ਝੋਨੇ ਦੇ ਨਾਲ ਗਾਂ ਕਣਕ ਦੀ ਵੀ ਚਿੰਤਾ? ਹਾਂਜੀ ਚਿੰਤਾ, ਕਣਕ ਵੀ ਲੇਟ ਹੋ ਜਾਣੀ, ਜੋ ਝੋਨਾ ਲੇਟ ਪੱਕੇ ਕਣਕ ਲੇਟ ਹੀ ਬੀਜੀ ਜਾਣੀ ਤੇ ਉਹਨੇ ਲੇਟ ਹੀ ਕਣਕ ਨੇ ਪੱਕਣਾ ਤੇ ਫਿਰ ਝਾੜ, ਤੁਹਾਨੂੰ ਪਤਾ ਤੁਸੀਂ ਆਪ ਸਿਆਣੇ। ਸਰਕਾਰ ਕਹਿੰਦੀ ਪਾਣੀ ਜ਼ਮੀਨ ਥੱਲੇ ਜਿਹੜਾ ਘੱਟ ਰਿਹਾ ਉਹਨੂੰ ਲੈ ਕੇ ਅਸੀਂ ਬੜੀ ਗੰਭੀਰਤਾ ਨਾਲ ਕੰਮ ਕਰ ਰਹੇ ਨੇ ਤੇ ਇਸ ਨੂੰ ਲੈ ਕੇ ਹੀ ਇਹ ਸਾਰਾ ਕੁਝ ਜਿਹੜਾ ਹੈ ਅਸੀਂ ਕੀਤਾ ਸੀ ਕਿ ਕਿਸਾਨ ਜਿਹੜੇ ਨੇ ਇੱਕ ਦੋ ਉਸਦੇ ਵਿੱਚ ਫਸਲਾਂ ਦੇ ਖਰਚੇ ਪੂਰੇ ਦੇਣ, ਅਸੀਂ ਕਮਾਦ ਲਾਈਏ, ਵੱਟ ਸਵਾਨੀਆਂ ਸਬਜ਼ੀਆਂ ਲਾਈਏ, ਕੋਈ ਫਸਲਾਂ ਲਾਈਏ, ਸਾਨੂੰ ਰੇਟ ਪੂਰਾ ਮਿਲੇ ਤੇ ਫਿਰ ਅਸੀਂ ਤੁਹਾਡੇ ਨਾਲ ਸਭ ਪਾਣੀ ਦੀ ਵੀ ਬਚਤ ਹੋ ਜਾਊਗੀ, ਝੋਨਾ ਘੱਟ ਲਾ ਲਾਂਗੇ, ਕਮਾਦ ਲਾ ਲਾਂਗੇ, ਕੋਈ ਹੋਰ ਫਸਲ ਲਾ ਲਾਂਗੇ, ਠੀਕ ਹੈ ਨਾ, ਰੇਟ ਪੂਰਾ ਮਿਲੇ ਲਈ ਵੀ ਆਹ ਤੁਹਾਨੂੰ ਰੇਟ ਦੇਵਾਂਗੇ, ਅਸੀਂ ਉਹ ਚੀਜ਼ ਲਾਈਏ, ਠੀਕ ਹੈ ਨਾ ਜੀ। ਹਾਂ ਹਾਂ, ਨੌਜਵਾਨ ਨੇ ਕਿਸਾਨ, ਤੁਹਾਡਾ ਕੀ ਨਾਮ? ਗੁਰਪ੍ਰੀਤ ਸਿੰਘ ਜੀ। ਕਿੱਥੋਂ? ਪਟਿਆਲ ਤੋਂ। ਹਾਂਜੀ ਗੁਰਪ੍ਰੀਤ ਜੀ, ਹੁਣ ਸਰਕਾਰ ਨਾਲ ਮੀਟਿੰਗ ਵੀ ਹੈ 10:30 ਵਜੇ ਤੁਹਾਡੇ ਆਗੂਆਂ ਦੀ, ਹੈ ਨਾ, ਜਿਹੜਾ ਸਰਕਾਰ ਵੱਲੋਂ ਡੇਟਾਂ ਮੁਕਰਰ ਕੀਤੀਆਂ ਗਈਆਂ ਨੇ ਝੋਨਾ ਲਾਉਣ ਦੀਆਂ, ਕੀ ਨੁਕਸਾਨ ਕੀ ਹੋ ਰਿਹਾ ਕਿਸਾਨਾਂ ਨੂੰ ਉਸ ਤੋਂ? ਕਿਸਾਨ ਵੇਖੋ ਜੀ, ਇਹ ਜਿਹੜਾ ਝੋਨਾ ਵਾ, ਝੋਨਾ ਦੀ ਡੇਟ ਜਿਹੜੀ ਲੇਟ ਕਰ ਰਹੇ ਆ, ਕਿਉਂਕਿ ਪਹਿਲਾਂ ਦੱਸਿਆ ਨਹੀਂ ਇਹਨਾਂ ਨੇ, ਕਿਸਾਨ ਪਨੀਰੀਆਂ ਬੀਜ ਚੁੱਕਾ ਸੀ, ਪਨੀਰੀਆਂ ਇਸ ਟਾਈਮ ਵਾਹਵਾ ਵੱਡੀਆਂ ਹੋ ਚੁੱਕੀਆਂ, ਜਿਵੇਂ ਲੇਟ ਇਹਨਾਂ ਨੇ ਕਰਤਾ ਉਹ ਪਨੀਰੀਆਂ ਦਾ ਵੀ ਨੁਕਸਾਨ ਹੋਊਗਾ, ਗਾਂਹ ਅਗਲੀ ਬੀਜਣ ਵਾਸਤੇ ਅਗਲੇ ਝੋਨੇ ਦੀ ਲਵਾਈ ਵਾਸਤੇ ਉਹ ਟਾਈਮ 'ਤੇ ਤਿਆਰ ਨਹੀਂ ਕਰ ਸਕਾਂਗੇ ਅਸੀਂ ਪੰਜੀਰੀ, ਕਿਉਂਕਿ ਉਹ ਜਿਹੜੀ ਹੋਈ ਆ ਉਹਨੂੰ ਬੀਜਾਂਗੇ ਤਾਂ ਫਿਰ ਹੀ ਆ, ਨਹੀਂ ਤਾਂ ਜੇ ਉਹ ਨਸ਼ਟ ਹੋ ਗਈ ਤਾਂ ਗਾਂਹ ਦੂਜੀ ਆਉਣ ਵਾਲੇ ਝੋਨੇ ਦੀ ਗਾਂਹ ਤਿਆਰ ਨਹੀਂ ਹੋਣੀ ਟਾਈਮ ਨਾਲ। ਕਹਿ ਰਹੀ ਹੈ ਕਿ ਜਿਹੜਾ ਜ਼ਮੀਨੀ ਪਾਣੀ ਹੈਗਾ, ਜ਼ਮੀਨ ਥੱਲੜਾ ਪਾਣੀ ਹੈ, ਉਹ ਘੱਟ ਰਿਹਾ ਪੰਜਾਬ ਦੇ ਵਿੱਚ ਬੜੀ ਤੇਜ਼ੀ ਨਾਲ, ਅਤੇ ਉਹਨੂੰ ਬਚਾਉਣ ਵਾਸਤੇ ਇਹ ਸਾਰੇ ਸਾਰੇ ਕਦਮ ਜਿਹੜੇ ਸੀਗੇ ਉਹ ਜ਼ਰੂਰੀ ਸੀਗੇ, ਕਿਸਾਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਕਿ ਨਹੀਂ? ਹਾਂਜੀ ਉਹ ਤਾਂ ਜੀ ਤੁਹਾਡੀ ਗੱਲ ਨਾਲ ਸਹਿਮਤ ਤਾਂ ਚਾਹੀਦਾ ਵਾ, ਪਰ ਸਾਨੂੰ MSP ਵੀ ਦੇ ਦੇਣ ਫਸਲਾਂ ਦੀ, ਦੇ ਦੇਣ ਪੱਕੀ MSP, ਤੋਂ ਅਸੀਂ ਝੋਨਾ ਰਹਿਣ ਦਾਂਗੇ, ਨਾ ਲਾਵਾਂਗੇ, ਜਿਵੇਂ ਮਕਈ ਦੀ MSP ਦੇ ਦੇਣ, ਮੂੰਗੀ ਦੀ ਦੇ ਦੇਣ, ਠੀਕ ਹੈ ਜੀ, ਭਾਅ ਬੰਨ ਦੇਣ, ਕਮਾਦ ਦਾ ਭਾਅ ਬੰਨ ਦੇਣ ਪੱਕਾ, ਕਮਾਦ ਲਾਵਾਂਗੇ, ਮੂੰਗੀ ਲਾਵਾਂਗੇ, ਮੱਕੀ ਲਾਵਾਂਗੇ, ਠੀਕ ਹੈ ਜੀ। ਹਾਂਜੀ ਹੁਣ ਤੁਹਾਨੂੰ ਕੀ ਲੱਗਦਾ ਝੋਨੇ ਦੀ ਡੇਟ ਜਿਹੜੀ ਸੀਗੀ ਜਿੱਦਾਂ 10 ਜੂਨ ਤੋਂ ਲੱਗਦਾ ਸੀਗਾ, ਕਿਸਾਨ ਤੁਹਾਡੇ ਲੀਡਰ ਅਤੇ ਤੁਹਾਨੂੰ ਕੀ ਲੱਗਦਾ ਕਿਸ ਤਰੀਕ ਤੋਂ ਝੋਨਾ ਲਾਉਣਾ ਚਾਹੀਦਾ? ਵੇਖੋ ਜੀ, ਇਹਨਾਂ ਨੇ ਘੱਟੋ ਘੱਟ 20 ਦੇਣੀ 22 ਲੇਟ ਕਰਤਾ ਝੋਨਾ, ਝੋਨਾ ਸਹੀ ਮੰਨੋ ਤਾਂ ਅੱਜ ਦੀ ਡੇਟ 'ਤੇ ਲੱਗਣਾ ਚਾਲੂ ਹੋ ਜਾਣਾ ਚਾਹੀਦਾ ਸੀ, ਸਹੀ ਮੈਨੇ।
किसान जिहड़े ने गुरद्वारा आम साहब विखे इकट्ठे होना शुरू हो गए ने। इन्हां वल्लों मार्च जिहड़ा रख्या गया है चंडीगढ़ मार्च, दिल्ली की तरफ से जिहड़ा धरना इन्हां वल्लों देना है, जिहड़ियां अपनियां मंगां ने, खासकर जिहड़ी स्टैगर्ड झोने की पैड़ी की जिहड़ी बिजाई है उसकी जिहड़ी तरीका सरकार वल्लों जिहड़ा फेज़्ड मैनर दे विच लगाउण दी जिहड़ी है वह अनाउंसमेंट की गई है। हालांकि किसानों वल्लों जिहड़ा एक हुण मीटिंग जिहड़ी है चीफ मिनिस्टर दे नाल भी रखी गई है, इस विच जिहड़ा चंडीगढ़ मोहाली बॉर्डर है उस ते सुरक्षा इंतजाम बड़े पुख्ता किए गए ने, थां थां पुलिस लगाई गई है, रोड सील किए गए ने, ते तुहानू उत्ते लै चलदे ने मेरे सहयोगी पुलर जी, तुहानू दिखाणगे तस्वीरां कि किदां दे सुरक्षा इंतजाम किए गए ने चंडीगढ़ ते मोहाली बॉर्डर ते। पंजाब और पंजाबियत की परछाई अब देखें एबीपी सांझा, टाटा स्काई चैनल नंबर 1929 पर। एबीपी सांझा देखने के लिए अपने केबल ऑपरेटर से अभी संपर्क करें। एबीपी सांझा, जोश, जज्बा, जुनून।